ਇਹ ਜਿਹੜਾ ਟਰੈਕਟਰ ਮਾਰਚ ਅੱਜ ਇਹੀ ਰੋਸ ਦੇ ਵਜੋਂ ਕੱਢਿਆ ਜਾ ਰਿਹਾ ਹੈ, ਕਿਉਂਕਿ ਸਾਡੇ ਨਾਲ ਵਾਅਦਾ ਕਰਕੇ ਕੇਂਦਰ ਸਰਕਾਰਾਂ ਜਿਹੜੀਆਂ ਭੱਜ ਚੁੱਕੀਆਂ ਨੇ, ਪੰਜਾਬ ਦੀਆਂ ਔਰ ਕੇਂਦਰ ਦੀਆਂ ਸਰਕਾਰਾਂ ਵਾਅਦਿਆਂ ਤੋਂ ਭੱਜ ਚੁੱਕੀਆਂ ਨੇ, ਅਸੀਂ ਉਸ ਕਰਕੇ ਅਸੀਂ ਰੋਸ ਕਰ ਰਹੇ ਹਾਂ। ਅਤੇ ਵੀਰੋ, ਜੇ ਇਹਨਾਂ ਸਰਕਾਰਾਂ ਨਾ ਭੱਜਦੀਆਂ ਤਾਂ ਨਾ ਸਾਨੂੰ ਇਹ ਇਕੱਠ ਕਰਨੇ ਪੈਂਦੇ, ਅਤੇ ਨਾ ਦਿੱਲੀ ਵੱਲ ਨੂੰ ਜਿਹੜੇ 13 ਤਰੀਕ ਦੇ ਐਲਾਨ ਕਰਨੇ ਪੈਂਦੇ ਸਾਨੂੰ, ਕਿਉਂਕਿ ਸਵਾਮੀਨਾਥਨ ਰਿਪੋਰਟ ਜਦੋਂ ਮੋਦੀ ਜੀ ਆਏ ਸੀ ਉਦੋਂ ਇਹਨਾਂ ਨੇ ਕਿਹਾ ਸੀ ਅਸੀਂ ਇਹ ਲਾਗੂ ਕਰਾਂਗੇ, ਉਹਨਾਂ ਨੇ ਵੀ ਆਪਣੇ ਵਾਅਦੇ ਤੋਂ ਉਦੋਂ ਦੇ ਭੱਜੇ। ਫਿਰ ਤੇ ਤਿੰਨ ਕਾਲੇ ਕਾਨੂੰਨ 'ਤੇ ਕਿਹਾ ਸੀ ਜਿਹੜਾ ਉਹ ਸੱਜੇ ਖੱਬੇ ਉਹ ਨਵੇਂ ਤਰੀਕਿਆਂ ਨਾਲ ਫਿਰ ਬਣਾਉਂਦੇ ਦੇਖੇ ਸਾਨੂੰ, ਕਿਉਂਕਿ ਜਦੋਂ ਬਾਹਰਲੀਆਂ ਸਟੇਟਾਂ ਤੋਂ ਅਨਾਜ ਜਾਂ ਹੋਰ ਚੀਜ਼ਾਂ ਲਿਆਉਣ ਦੀ ਇਹਨਾਂ ਨੇ ਐਟਮ ਲਿਆਉਣ ਦੀ ਸਮਰੱਥਾ 'ਚ ਨੇ, ਇਸ ਕਰਕੇ ਅਸੀਂ ਇਹ ਰੋਸ ਜਿਹੜਾ ਅੱਜ ਕਰ ਰਹੇ ਹਾਂ ਮੋਦੀ ਸਰਕਾਰ ਦੇ ਵਿਰੁੱਧ। ਇੰਨੀਆਂ ਬੇਨਤੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸ਼ੁਰੂ ਹੋਣਾ ਕਿੱਥੇ ਖਤਮ ਹੋਣਾ? ਇਹ ਅਸੀਂ ਜੀ ਅੱਜ ਬਰਹੀਵਾਲ ਦਾਣਾ ਮੰਡੀ ਤੋਂ ਸ਼ੁਰੂ ਕਰਨ ਲੱਗੇ ਹਾਂ, ਇੱਥੋਂ ਸੁਭਾਨਪੁਰ, ਸੁਭਾਨਪੁਰ ਤੋਂ ਹਮੀਰਾ, ਹਮੀਰ ਤੋਂ ਪਲੱਤ, ਪਲੱਤ ਤੋਂ ਬੇਗੋਵਾਲ ਤੋਂ ਆ ਕੇ ਇੱਥੇ ਹੀ ਖਤਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਰਮਲ ਸਿੰਘ ਮੰਡ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜ਼ਿਲ੍ਹਾ ਸਕੱਤਰ। ਵੀਰੋ, ਅੱਜ ਦਾ ਜੋ ਰੋਡ ਸ਼ੋਅ ਕਰ ਰਹੇ ਅਸੀਂ, ਟਰੈਕਟਰ ਮਾਰਚ ਕੱਢਿਆ ਜਾ ਰਿਹਾ ਆ, ਇਹ ਲੋਕਾਂ ਨੂੰ ਜਗਾਉਣ ਵਾਸਤੇ ਕੱਢਿਆ ਜਾ ਰਿਹਾ ਆ, ਕਿਉਂਕਿ ਜਿਹੜੀਆਂ ਸਰਕਾਰਾਂ ਵਾ ਇਹਨਾਂ ਨੇ ਵਾਅਦੇ ਕਰਕੇ ਸਭ ਤੋਂ ਇਹ ਭੱਜੀਆਂ ਆ, ਕਿਉਂਕਿ MSP ਦੀ ਗਰੰਟੀ ਦਾ ਕਾਨੂੰਨ ਇਹਨਾਂ ਨੇ ਵਾਅਦਾ ਕੀਤਾ ਵੀ ਦਿਆਂਗੇ, ਉਹ ਤੋਂ ਵੀ ਭੱਜੀ ਆ ਸਰਕਾਰ, ਮੋਦੀ ਸਰਕਾਰ। ਔਰ 11 ਤਰੀਕ ਨੂੰ ਜਿਹੜਾ ਸਾਡਾ ਐਲਾਨ ਕੀਤਾ ਗਿਆ ਕਿ 11 ਤਰੀਕ ਨੂੰ ਪੰਜਾਬ ਦੇ ਵਿੱਚ ਵੱਡੇ ਕਾਫਲੇ ਜਿਹੜੇ ਉਹ ਦਿੱਲੀ ਨੂੰ ਰਵਾਨਾ ਹੋਣਗੇ, ਉਸ ਸੰਬੰਧ ਦੇ ਵਿੱਚ ਜਿਹੜਾ ਵਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਗਾਇਆ ਜਾ ਰਿਹਾ, ਉਹ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਸਾਡੇ ਜਿਹੜੇ ਹੱਕ ਵਾ ਕਿੱਦਾਂ ਖੋਏ ਜਾ ਰਹੇ ਆ, ਔਰ ਇਹਨਾਂ ਦਾ ਕੀ ਸਾਨੂੰ ਨੁਕਸਾਨ ਵਾ, ਕਿਉਂਕਿ ਜੇ MSP ਗਰੰਟੀ ਨਹੀਂ ਆਉਂਦੀ, ਜਿੱਦਾਂ ਇਹਨਾਂ ਨੇ ਨਵੇਂ ਕਾਨੂੰਨ ਬਣਾ ਲਏ ਆ, ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜਾ ਅਨਾਜ ਮੰਗਾਉਣਾ ਸ਼ੁਰੂ ਕਰਨਾ ਆ, ਉਹਦੇ ਉੱਤੇ ਟੈਕਸ ਖਤਮ ਕਰ ਦਿੱਤਾ ਇਹਨਾਂ ਨੇ। ਜੇਕਰ ਉਹ ਮੰਡੀਕਰਨ ਉਹ ਆਉਂਦਾ ਆ ਇੱਥੇ, ਤਾਂ ਸਾਡੀ ਜਿਹੜੀ ਆ ਮੰਡੀ ਉਹ ਖਤਮ ਹੋਊਗੀ। ਇਹ ਲੋਕਾਂ ਨੂੰ ਆਪਾਂ ਜਗਾਉਣ ਵਾਸਤੇ ਜਿਹੜਾ ਮਾਰਚਾ ਕੱਢਿਆ ਜਾ ਰਿਹਾ, ਪਿੰਡ ਬਰਾਹੀਵਾਲ ਤੋਂ ਸਰਦਾਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜਿਹੜੇ ਸਾਡੇ ਜੌਣ ਪ੍ਰਧਾਨ ਆ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਲਾਲ ਸਿੰਘ ਦੀ ਰਣਕੇ ਪੰਡੋਰੀ, ਉਹ ਸਾਡੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆ ਸੂਬੇ ਦੇ ਵਿੱਚ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਔਰ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਟਰੈਕਟਰ ਲੈ ਕੇ ਪਹੁੰਚੇ ਆ, ਜਿਹੜੇ ਟਰੈਕਟਰਾਂ ਦਾ ਵੱਡਾ ਕਾਫਲਾ ਹੋ ਜਾਣਾ ਆ, ਕਿਉਂਕਿ ਹੌਲੀ ਹੌਲੀ ਜਿੱਦਾਂ ਜਿੱਦਾਂ ਅੱਗੇ ਤੁਰੇ ਜਾਵਾਂਗੇ, ਅੱਗੇ ਅੱਗੇ ਪਿੰਡਾਂ ਦੇ ਵਿੱਚੋਂ ਜਿਹੜੇ ਟਰੈਕਟਰਾਂ ਰਲਦੇ ਜਾਣੇ ਆ, ਔਰ ਅਸੀਂ ਇਸ ਵੱਡਾ ਕਾਫਲਾ ਕਰਕੇ ਇਸ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਭਾਈ ਸਾਨੂੰ 11 ਤਰੀਕ ਨੂੰ ਦਿੱਲੀ ਨਾ ਸਾਧੋ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਵਾ ਇਹਨਾਂ ਨੂੰ ਸੁਣ ਕੇ ਇਹਨਾਂ ਨੂੰ ਹੱਲ ਕਰੋ, ਨਹੀਂ ਤਾਂ 11 ਤਰੀਕ ਨੂੰ ਫਿਰ ਦਿੱਲੀ ਜਿਹੜਾ ਵਾ ਪੰਜਾਬ ਦੇ ਵਿੱਚੋਂ ਤੁਰ ਕੇ ਅਤੇ 13 ਤਰੀਕ ਨੂੰ ਦਿੱਲੀ ਜਿਹੜਾ ਘੇਰਿਆ ਜਾਊਗਾ, ਔਰ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਵਾਰ ਤਿਆਰ ਨੇ, ਕਿਉਂਕਿ ਪਿਛਲੀ ਵਾਰ ਲੋਕਾਂ ਦੀ ਤਿਆਰੀ ਨਹੀਂ ਸੀਗੀ, ਐਰਕੀ ਅਸੀਂ ਆਪਣਾ ਜਿਹੜਾ ਰਾਸ਼ਨ ਆ ਉਹ ਪੂਰਾ ਲੈ ਕੇ ਇੱਥੋਂ ਤੁਰਨਾ ਆ, ਔਰ ਜਿਹੜਾ ਲੋਕ ਵਾ ਉਹ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੇ ਆ, ਕਿਉਂਕਿ ਲੋਕਾਂ ਦੇ ਹੱਕਾਂ ਪ੍ਰਤੀ ਅਸੀਂ ਲੜ ਰਹੇ, ਕੋਈ ਸਾਡੀ ਕੋਈ ਨਿੱਜੀ ਲੜਾਈ ਨਹੀਂ ਗੀ, ਲੋਕਾਂ ਦੇ ਪ੍ਰਤੀ ਅਸੀਂ ਲੜ ਰਹੇ ਹਾਂ, ਔਰ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਕਿ ਜਿੱਦਾਂ ਪਹਿਲਾਂ ਸਾਥ ਦਿੱਤਾ ਆ, 13 ਮਹੀਨੇ ਤੁਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਾਂ ਜਿਹੜੀ ਵੀ ਜਥੇਬੰਦੀ ਦੇ ਨਾਲ ਤੁਸੀਂ ਸਹਿਮਤ ਹੋ, ਉਸ ਜਥੇਬੰਦੀ ਦੇ ਨਾਲ ਤੁਰ ਕੇ ਆਪਾਂ ਜਿਹੜੇ ਵੱਡੇ ਕਾਫਲੇ ਬਣਾ ਕੇ 11 ਤਰੀਕ ਨੂੰ ਦਿੱਲੀ ਨੂੰ ਕੂਚ ਕਰੀਏ। ਇਹ ਜਿਹੜਾ ਆਪਣਾ ਆਉਣ ਵਾਲਾ ਸਮਾਂ ਆ ਪੰਜਾਬ ਨੂੰ ਆਪਣੇ ਭਾਰਤ ਨੂੰ ਬਚਾਉਣ ਵਾਸਤੇ ਸਾਰਿਆਂ ਦਾ ਫਰਜ਼ ਬਣਦਾ ਆ ਵੀ ਆਪਾਂ ਇਸ ਚੀਜ਼ ਉੱਤੇ ਸਾਥ ਦਈਏ। ਜੇਕਰ ਕਿਸਾਨ ਅਤੇ ਮਜ਼ਦੂਰ ਨਾ ਰਿਹਾ ਤਾਂ ਭਾਰਤ ਵੀ ਖਤਮ ਹੋ ਜਾਊਗਾ, ਇਸ ਕਰਕੇ ਬੇਨਤੀ ਕਰਦੇ ਹਾਂ। ਅਸੀਂ ਇਕੱਲਾ ਪੰਜਾਬ ਦੀ ਗੱਲ ਨਹੀਂ ਕਰ ਰਹੇ, ਇਕੱਲੀ ਭਾਰਤ ਪੂਰੇ ਭਾਰਤ ਦੀ ਗੱਲ ਕਰ ਰਹੇ ਹਾਂ, ਕਿਉਂਕਿ ਕਰਨਾਟਕਾ, ਆਂਧਰਾ, ਕੇਰਲਾ,
ਸਾਰੀਆਂ ਜਥੇਬੰਦੀਆਂ ਜਿਹੜੀਆਂ ਆਰਕੀ ਜਿਹੜੀਆਂ ਆ ਰਹੀਆਂ ਉੱਥੇ ਤੱਕ ਸਰਵਣ ਸਿੰਘ ਦੀ ਪਧੇਰ ਨੇ ਪਹੁੰਚ ਕੀਤੀ ਔਰ ਉਹਨਾਂ ਲੋਕਾਂ ਨੂੰ ਜਾ ਕੇ ਦੱਸਿਆ ਕਿ ਪੰਜਾਬ ਦੇ ਵਿੱਚ ਸਾਨੂੰ ਕੀ ਮਿਲਦਾ, ਤੁਹਾਨੂੰ ਕੀ ਮਿਲਦਾ। ਉਹ ਸਾਰਾ ਕੁਝ ਗੱਲਬਾਤ ਹੋ ਕੇ ਪੂਰੇ ਭਾਰਤ ਦੀਆਂ ਜਥੇਬੰਦੀਆਂ ਦਾ ਏਕਾ ਹੋ ਕੇ ਜਿਹੜਾ ਐਰਕੀ ਮੋਰਚਾ ਲੱਗਣ ਜਾ ਰਿਹਾ ਔਰ ਉਸ ਮੋਰਚੇ ਦੇ ਵਿੱਚ ਤਿਆਰੀਆਂ ਕਰਵਾਉਣ ਵਾਸਤੇ ਭਲਾਥ ਦੇ ਵਿੱਚੋਂ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਕਰਾਂਗੇ ਔਰ ਇਸ ਸੰਘਰਸ਼ ਨੂੰ ਲੜਨ ਲਈ ਲੋਕ ਤਿਆਰ ਹਨ। ਦੇਖੋ ਜੀ, ਸਮਾਂ ਸਰਕਾਰ ਸੀਮਤ ਕਰੂਗੀ, ਅਸੀਂ ਆਪਣੀ ਪੂਰੀ ਤਿਆਰੀ ਦੇ ਨਾਲ ਜਾ ਰਹੇ ਹਾਂ। ਸਰਕਾਰ ਚਾਹੇ ਤਾਂ 2 ਦਿਨ 'ਚ ਖਤਮ ਕਰਾ ਦੇਵੇ, ਸਰਕਾਰ ਚਾਹੇ ਸਾਲ ਲਵਾ ਲਵੇ ਅਤੇ ਚਾਹੇ 2 ਸਾਲ ਲਵਾ ਲਵੇ, ਅਸੀਂ ਆਪਣੀ ਪੂਰੀ ਤਿਆਰੀ 'ਚ ਜਾ ਰਹੇ ਹਾਂ। ਕੋਈ ਸਮਾਂ ਇਹਦਾ ਸੀਮਤ ਨਹੀਂ ਹੈਗਾ, ਅਸੀਂ 2 ਦਿਨ ਵਾਸਤੇ ਜਾਣਾ, ਅਸੀਂ ਉਦੋਂ ਤੱਕ ਜਾਵਾਂਗੇ, ਉਦੋਂ ਤੱਕ ਉੱਥੇ ਰਹਾਂਗੇ ਜਦ ਤੱਕ ਸਾਡੀ ਲੜਾਈ ਜਿੱਤੀ ਨਹੀਂ ਜਾਂਦੀ, ਸਾਡੇ ਸਾਨੂੰ ਹੱਕ ਮਿਲਦੇ ਨਹੀਂ ਗੇ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੂਗਾ।